ਸਰ ਜਿੱਥੇ ਜਿਹੜਾ ਕਰਾ ਰਿਹਾ ਉਹ ਸ਼ੋਅ ਕਰਾ ਰਿਹਾ ਇਸ ਨੂੰ ਲੈ ਕੇ ਕੀ ਕਰਨਾ ਚਾਹੋਗੇ ਤੁਸੀਂ ਜਿਹੜਾ ਪਹਿਲੀ ਵਾਰ ਜਿਹੜਾ ਹੋ ਰਿਹਾ ਪੰਜਾਬ 'ਚ ਮੈਂ ਜਿਹੜੀ ਦਸਵੇਂ ਪਾਤਸ਼ਾਹ ਦੇ ਨਾਂ 'ਤੇ ਸੁਸਾਇਟੀ ਬਣੀ ਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹੋਰ ਸੁਸਾਇਟੀ ਉਹਨੂੰ ਪਹਿਲੀ ਗੱਲ ਤਾਂ ਮੁਬਾਰਕਬਾਦ ਦਿੰਦਾ ਕਿ ਉਹਨੇ ਇੱਕ ਬਹੁਤ ਵਧੀਆ ਫੰਕਸ਼ਨ ਔਰਗੇਨਾਈਜ਼ ਕੀਤਾ ਔਰ ਦੂਸਰੀ ਗੱਲ ਪੰਜਾਬ ਦੀ ਬੜੀ ਵੱਡੀ ਲੋੜ ਸੀ ਕੁਛ ਸਮੇਂ ਤੋਂ ਇਹ ਬੰਦ ਸੀਗਾ ਪਰ ਸਾਡੇ ਕੈਪਟਨ ਸਾਹਿਬ ਸਰਕਾਰ ਨੇ ਇੱਕ ਵੱਡਾ ਅਹਿਮ ਫੈਸਲਾ ਲੈਂਦੇ ਹੋਏ ਇਹ ਦੁਬਾਰਾ ਸ਼ੁਰੂ ਕਰਾਏ ਨੇ ਸ਼ੋਅ ਜਿਹੜੇ ਆ ਔਰ ਲੋਕਾਂ ਦੇ ਬਹੁਤ ਵਧਾਈਆਂ ਦੇ ਫੋਨ ਆਏ ਨੇ ਇਸ ਵੱਲ ਦੇ ਬਾਰੇ ਕਿਉਂਕਿ ਅੱਜ ਜੇ ਕੋਈ ਸਭ ਤੋਂ ਵਧੀਆ ਬਰੀਡਰ ਨੇ ਤਾਂ ਸਾਡੇ ਪੰਜਾਬ ਦੇ ਵਿੱਚ ਜਾਂ ਰਾਜਸਥਾਨ ਦੇ ਵਿੱਚ ਸੀ ਉਹਨਾਂ ਦੀ ਇੱਕ ਬੜੀ ਵੱਡੀ ਡਿਮਾਂਡ ਸੀ ਇਹ ਪਰ ਕੁਛ ਲੋਕਾਂ ਨੇ ਕੋਈ ਸਿਆਸੀ ਤੌਰ 'ਤੇ ਲਾ ਲਓ ਜਾਂ ਕੁਛ ਲੋਕਾਂ ਨੇ ਮੈਡੀਕਲ ਤਕਨੀਕ ਕਰਕੇ ਇਹਨੂੰ ਬੰਦ ਕਰਿਆ ਹੋਇਆ ਸੀ ਲੇਕਿਨ ਅਸੀਂ ਉਹਨੂੰ CM ਸਾਹਿਬ ਦੀ ਦੂਰਅੰਦੇਸ਼ੀ ਕਰਕੇ ਆਪਣੇ ਕੀ ਬਾਈ ਉਹਨਾਂ ਦੀ ਖਾਸ ਕਰਕੇ ਇਹਨਾਂ ਨੇ ਪੈਰਵੀ ਕੀਤੀ ਅਤੇ ਕੰਮ ਸ਼ੁਰੂ ਹੋਇਆ ਅਤੇ ਅੱਜ ਮੈਂ ਆ ਕੇ ਬੜਾ ਮਾਣ ਮਹਿਸੂਸ ਕਰ ਰਿਹਾ ਕਿ ਅਸੀਂ ਚੰਗਾ ਕੰਮ ਕਰ ਸਕੀਏ ਸਰ ਦੇਖਿਆ ਕਿ ਆਮ ਕੇ ਜਿਹੜੇ ਪਸ਼ੂ ਪਾਲਕ ਹੈ ਉਹ ਕਿਤੇ ਨਾ ਕਿਤੇ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਨਹੀਂ ਹੁੰਦੇ ਕਾਂਗਰਸ ਸਰਕਾਰ ਹੁਣ ਆਈ ਹੈ ਉਹਨਾਂ ਨੇ ਇੱਕ ਨਵਾਂ ਉਪਰਾਲਾ ਕੀਤਾ ਕਿ ਜਿਹੜਾ ਨਵੇਂ ਜਿਹੜਾ ਇੱਕ ਨਵੀਂ ਪੱਧਰ 'ਤੇ ਇਹਨਾਂ ਨੂੰ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਹੈ ਕਿ ਉਸ ਬਾਰੇ ਹੁਣ ਕੀ ਨਵੀਆਂ ਨੀਤੀਆਂ ਤਿੰਨ ਚਾਰ ਅਸੀਂ ਬਹੁਤ ਨਵੇਂ ਫੈਸਲੇ ਲੈ ਨੇ ਪਹਿਲੀ ਗੱਲ ਤਾਂ ਅਸੀਂ ਜਿਹੜਾ ਫੈਸਲਾ ਲਿਆ ਇੱਕ ਬੋਵਾਈਨ ਐਕਟ ਜਿਹੜਾ ਹੈਗਾ ਸੀਮਨ ਦਾ ਉਹਨੂੰ ਅਸੀਂ ਕੰਟਰੋਲ ਕੀਤਾ ਕਿਉਂਕਿ ਆਮ ਤੌਰ 'ਤੇ ਕਈ ਲੋਕ ਜਾਅਲੀ ਸੀਮਨ ਲੈ ਕੇ ਬਾਹਰ ਵੇਚੀ ਜਾ ਰਹੇ ਸੀ ਜਿਹਦੇ ਸਾਡੇ ਪਸ਼ੂਆਂ ਦੀ ਬਹੁਤ ਬ੍ਰੀਡ ਖਰਾਬ ਹੋ ਰਹੀ ਸੀ ਉਹਦੇ ਕਾਨੂੰਨ ਬਣਾਇਆ ਔਰ ਉਹਦੇ ਰੂਲ ਬੜੇ ਸਖਤ ਕੀਤੇ ਨੇ ਉਸ ਤੋਂ ਬਾਅਦ ਫੀਡ ਸੀ ਜਿਹੜੀ ਕਿ ਪਸ਼ੂਆਂ ਦੀ ਸਿਹਤ ਨਾਲ ਸਿੱਧਾ ਸੰਬੰਧ ਰੱਖਦੀ ਹੈ ਜਿਹਦੇ ਤਾਂ ਆਮ ਤੌਰ 'ਤੇ 70-80% ਜਿਹੜੀ ਮਿਲਕ ਪ੍ਰੋਡਕਸ਼ਨ ਦੇ ਵਿੱਚ ਜਾਂ ਪਸ਼ੂ ਸਿਹਤ 'ਤੇ ਉਹਦਾ ਸੰਬੰਧ ਹੈ ਉਹਦੇ ਕਾਨੂੰਨ ਬਣਾ ਕੇ ਲੈ ਕੇ ਆਉਂਦਾ ਅਤੇ ਬੜਾ ਸਖਤੀ ਨਾਲ ਉਹਨੂੰ ਲਾਗੂ ਕਰਾ ਰਹੇ ਆ ਤੀਸਰਾ ਜਿਹੜਾ ਸਭ ਤੋਂ ਵੱਡੀ ਗੱਲ ਇੱਕ ਸਕਸਰ ਸੀਮੈਂਟ ਟੈਕਨੋਲੋਜੀ ਜਿਹੜੀ ਆ ਉਹ ਅਸੀਂ ਜਿਹੜੀ ਕਿ ਬੜੇ ਲੰਬੇ ਸਮੇਂ ਤੋਂ ਲੋੜ ਸੀਗੀ ਕਿ ਜਿਹਦੇ ਕਰਕੇ ਅੱਜ ਅਵਾਰਾ ਪਸ਼ੂਆਂ 'ਚ ਬਹੁਤ ਵੱਡਾ ਵਾਧਾ ਹੋਇਆ ਭਰਾ ਤੋਂ ਆਏ ਹਾਂ ਤਹਿਸੀਲ ਪੱਟੀ ਜ਼ਿਲ੍ਹਾ ਤਰਨ ਤਾਰਨ ਅਤੇ ਸਭਰਾ ਪਿੰਡ ਪੱਟੀ ਲੱਗੇ ਆ ਘੋੜੇ ਬਾਰੇ ਦੱਸੋ ਘੋੜੇ ਦਾ ਜੀ ਇਹ ਜੀ ਮਾਲਵਾੜੀ ਘੋੜਾ ਸ਼ਾਨਦਾਰ ਦਾ ਪੁੱਤ ਅਲੀ ਸ਼ਾਨ ਦਾ ਪੋਤਰਾ ਵਾ ਇਹਦਾ ਪੰਜਾਬ ਕੀ ਸ਼ਾਨ ਆ ਦੋ ਵਾਰੀ ਜਿੱਤਿਆ ਜੀ ਮੁਕਤਸਰੋਂ ਅਤੇ ਤੀਜੀ ਵਾਰੀ ਪਟਿਆਲਿਓਂ ਅਤੇ ਮੁੜ ਕੇ ਚੌਥੀ ਜੋਧਪੁਰੋਂ ਅਤੇ ਫਿਰ ਹੋ ਗਿਆ ਚੁੱਕਰੋਂ ਪੰਜਵੀਂ ਵਾਰੀ ਅਤੇ ਛੇਵੀਂ ਵਾਰੀ ਜਿੱਥੇ ਆਇਆ ਜੀ ਨਾਂ ਕੀ ਆ ਇਹਦਾ ਨਾਂ ਸ਼ਾਨਦਾਰ ਜੀ ਇਹਦੀ ਕੀਮਤ ਦੀ ਗੱਲ ਇਹਦੀ ਕੀਮਤ 10 ਕਰੋੜ ਰੁਪਇਆ ਲੱਗਾ ਜੀ ਨਹੀਂ ਦਿੱਤੀ ਅਸੀਂ ਅੱਜ ਕੀ ਲੱਗਦਾ ਤੁਹਾਨੂੰ ਇੱਥੇ ਚੈਂਪੀਅਨਸ਼ਿਪ ਬਹੁਤ ਵਧੀਆ ਵੇਖੋ ਜੀ ਹੁਣ ਪੌਣਾ ਘੋੜਾ ਵੇਖੋ ਕਿਹੜਾ ਜਿੱਤਦਾ ਕਿਹੜਾ ਨਹੀਂ ਵੇਚਣਾ ਨਹੀਂ ਜੀ ਕ੍ਰੋਸ ਕਰਾਉਂਦੇ ਹਾਂ 51,000 ਰੁਪਇਆ ਘੋੜੀ ਤਾਂ ਲੈਂਦੇ ਹਾਂ ਜੀ ਹਾਂਜੀ ਸਾਡੇ ਕੋਲ ਜੀ 10 ਘੋੜੀਆਂ 2 ਘੋੜੇ ਆ ਜੀ ਸ਼ੌਂਕ ਵਾਲੇ ਨਹੀਂ ਵੇਚ ਘੋੜੀਆਂ ਵੇਚ ਲਈ ਦੀਆਂ ਬੱਚੇ ਸੇਲ ਕਰ ਦੇਈਦੇ ਜੀ ਇਹਦੀ 5 ਸਾਲ ਉਮਰ ਵਾ ਅਤੇ 66 ਇੰਚ ਕੱਦ ਹੈ ਜੀ ਇਹਦਾ ਇਹ ਸਾਡੀ ਚੌਥੀ ਪੀੜ੍ਹੀ ਆ ਜੀ ਹਾਂਜੀ ਚੌਥੀ ਪੀੜ੍ਹੀ ਲੱਗ ਗਈ ਜੀ ਬਸ 3 ਪੀੜ੍ਹੀਆਂ ਖਤਮ ਹੋ ਚੱਲੀਆਂ ਚੌਥੀ ਲੱਗ ਗਈ ਆ ਜੀ ਸਾਡਾ ਜੀ ਸਾਡਾ ਜੀ ਅਜੇ ਤੱਕ ਕਿਸੇ ਘੋੜੇ ਦੇ ਪੈਸਾ ਨਾ ਲੱਗਾ ਅਤੇ ਨਾ ਕਿਸੇ ਲਾਇਆ ਇਹ ਜੀ ਅੱਜ ਹੀ ਆਉਣਾ ਜੀ ਅਜੇ ਅੱਜ ਪਹਿਲਾ ਸ਼ੋਅ ਪਾਉਣਗੇ ਇਹਨੂੰ ਮਗਰੋਂ ਮਾਂ ਦਾ ਮਾਲਵਾੜੀ ਦਾ ਕਰਦੇ ਘੋੜੇ ਦਾ ਮਗਰੋਂ ਕਰਦੇ ਸ਼ੋਅ ਇੱਕੋ ਸ਼ੋਅ ਹੁੰਦਾ ਜੀ ਇਹਦਾ ਬਸ ਹਾਂਜੀ ਹਾਂਜੀ ਕਿੰਨੇ ਆਏ ਲਾਸਟ ਦੇ ਵਿੱਚ ਕਿੰਨੇ ਘੋੜੇ ਆ ਮਾਲਵਾੜੀ ਦੇ ਇਹ ਮਾਲਵਾੜੀ ਵੀ ਕੋਈ 10-15 ਘੋੜੇ ਦੇ ਆਉਣੇ ਹੋਣੇ ਜੀ ਜਿਸ ਤਰ੍ਹਾਂ ਇਹ ਚੀਜ਼ ਅਲੋਪ ਹੁੰਦੀ ਜਾ ਰਹੀ ਹੈ ਪੰਜਾਬ ਦੇ ਵਿੱਚ ਕੀ ਲੱਗਦਾ ਵੀ ਵੈਸਟਰਨ ਯੂਨੀਅਨ ਹਾਵੀ ਹੋ ਰਿਹਾ ਹੈ ਇਹ ਘੋੜਿਆਂ ਦੀ ਰੇਸਾਂ ਘੋੜਿਆਂ ਦੀ ਚੀਜ਼ਾਂ ਇਹ ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਨਹੀਂ ਦੇਖਣ ਨੂੰ ਮਿਲਦੀਆਂ ਅੱਜ ਨਹੀਂ ਇਹ ਲਿਆ ਰਿਹਾ ਜੀ ਅਸਲ 'ਤੇ ਜੌਲ ਸਾਹਿਬ ਮੋੜ ਕੇ ਲਿਆਏ ਰਾਜਸਥਾਨ ਨੂੰ ਨਸਲੇ ਜੀ ਉਦੋਂ ਘੋੜਾ 2 ਲੱਖ ਦਾ ਮਿਲਦਾ ਹੁੰਦਾ ਸੀ ਕਦੋਂ ਜੌਲ ਸਾਹਿਬ ਦਾ ਪਿਓ 18 ਲੱਖ ਦਾ ਖਰੀਦ ਕੇ ਲਿਆ ਅੱਜ ਸਭ ਜੌਲ ਸਾਹਿਬ ਦੀ ਦੇਵ ਨਹੀਂ ਆ ਕਿਹੜਾ ਪੰਜਾਬ ਵਿੱਚ ਘੋੜੇ ਮਾਲਵਾੜੀ ਆ ਗਏ ਸਰਕਾਰ ਨੂੰ ਇਹੋ ਸਹੂਲਤ ਕਰਦੇ ਜੀ ਹੁਣ ਕਿਤਨਾ ਸੁਖਬੀਰ ਪਾਲ ਨੇ ਮੇਲੇ ਲਾਏ ਮੇਲੇ ਸਾਨੂੰ ਬਹੁਤ ਸੁੱਧ ਰਹਿੰਦੇ ਇਸ ਤਰ੍ਹਾਂ ਭੈਣ ਭਰੋਸਾ ਮਿਲ ਲਈਦਾ ਮੇਲੇ ਲੱਗਣ ਜੀ
ਹੋਰ ਕੋਈ ਇਹਨਾਂ ਦੀ ਕੋਈ ਨਰਸਰੀਆਂ ਵਗੈਰਾ ਨਰਸਰੀਆਂ ਚਲੋ ਸਾਨੂੰ ਤਾਂ ਕੋਈ ਪਤਾ ਦੇਣਗੇ ਨਰਸਰੀਆਂ ਕੀ ਦੇਣਗੇ ਸਾਨੂੰ ਇਹੋ ਜਿਹੀ ਡਾਕਟਰ ਚੰਗੇ ਸਾਡੇ ਲਾਗੇ ਹੋ ਜਾਣਾ ਸਰਦਾਰ ਜੀ ਇਹਨੂੰ ਖਾਣਾ ਕਿਸ ਤਰ੍ਹਾਂ ਤੁਸੀਂ ਖਾਣਾ ਜੀ ਇਹਨੂੰ ਛੋਲੇ ਜਵੀ ਤੇ ਘਿਓ ਬਾਕੀ ਜੀ 100 ਗ੍ਰਾਮ ਘਿਓ ਹੁੰਦਾ ਵਾ ਛੋਲੇ ਕਿੰਨੇ ਦਾਣਾ ਕਿੰਨਾ ਮਰਜ਼ੀ ਖਾ ਲਏ ਜੀ ਇਹਦੀ ਖੁਰਾਕ ਸਾਰੀ ਬੰਦੇ ਵਾਲੀ 500 ਰੁਪਇਆ ਖਰਚ ਜੀ ਇੱਕ ਘੋੜੀ ਦਾ ਮਹੀਨੇ ਦੇ ਵਿੱਚ ਇੱਕ ਘੋੜੀ ਤੇ ਕਿੰਨਾ ਖਰਚ ਕਰ ਦਿੰਦੇ ਕੋਲ ਇਹ ਜੀ ਘੋੜੀਆਂ ਦੇ ਤੁਹਾਨੂੰ ਘੱਟ ਕਰਨਾ ਘੋੜੇ ਦਾ 500 ਰੁਪਇਆ ਇੱਕ ਦਿਨ ਦਾ ਲਾਇਆ ਜੀ ਇੱਕ ਦਿਨ ਦਾ ਹੋਰ ਜੀ ਉੱਤਰਾ ਸਾਡੇ ਫਾਰਮ ਦਾ 6-7 ਹਜ਼ਾਰ ਰੁਪਇਆ ਰੋਜ਼ ਦਾ ਆ ਜਾਂਦਾ ਕੋਈ ਬੇਲੀ ਚਾਲ ਚਲੇ ਗਏ ਚਾਹ ਪਾਣੀ ਪਿਓ ਫਿਰ ਸਭ ਕੁਝ ਸੇਵਾ ਵੀ ਕਰਨੀ ਪੈਂਦੀ ਆ ਖਰਚੇ ਵੀ ਹਾਂਜੀ 2 ਬੰਦੇ ਲੱਗੇ ਜੀ ਸਪੈਸ਼ਲ ਜਿਵੇਂ ਹੁਣ ਫਸਲੀ ਚੱਕਰ ਦੇ ਵਿੱਚ ਕਿਸਾਨ ਫਸਿਆ ਹੋਇਆ ਉਹਦੇ 'ਚ ਕੋਈ ਲਾਭ ਨਹੀਂ ਮਿਲ ਰਿਹਾ ਕੋਈ ਇਹਨਾਂ 'ਚ ਲਾਭ ਹੈਗਾ ਜੀ ਕੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਸੇਜ ਉਹ ਦਿੰਦੇ ਜੀ ਚੰਗੀਆਂ ਨਸਲਾਂ ਰੱਖਣ ਚੰਗੀਆਂ ਪਾਲਣ ਮੱਝਾਂ ਵੀ ਰੱਖਣੀਆਂ ਨਸਲਦਾਰ ਰੱਖੋ ਇਹ ਹੁਣ 5-6 ਲੱਖ ਰੁਪਇਆ ਸਾਨੂੰ ਮਹੀਨੇ ਦੀ ਆਮਦਨ ਦਿੰਦਾ ਜੀ ਘਾਟਾ ਜੀ ਉਹ ਪਹਿਲੋਂ ਹੀ ਇੰਨੀ ਕੇਅਰ ਇੰਨੀ ਕਰੀ ਦੀ ਆ ਦਾਣਾ ਪਾਣੀ ਬਹੁਤ ਅੱਛਾ ਦੇਈਦਾ ਵਾ ਰਹਿਣ ਖੁਣ ਸਭ ਅੱਛਾ ਕਰੀ ਜਾਂਦਾ ਬਿਮਾਰੀ ਮਾਰੀ ਦੇ ਵਾਸਤੇ ਰਹਿ ਗਿਆ ਸਾਲੀ ਛਾਇਆ ਜੀ ਬਿਲਕੁਲ ਇਹਨੂੰ ਲੱਗਣ ਤਾਂ ਦੇਈ ਦੀ ਨਹੀਂ ਜੀ ਡਾਕਟਰਾਂ ਚੰਗੀ ਲੱਗੇ ਸਹੂਲਤ ਰੱਖੀ ਦੀ ਹੈ ਜੀ ਹਿੰਦੁਸਤਾਨ ਜੀ ਕਿੱਥੇ ਕਿੱਥੇ ਨੇ ਸ਼ੋ ਕੀਤੇ ਇਹਨੇ ਜੀ 2 ਕਿਤੇ ਆ ਪਟਿਆਲਾ ਮੁਕਤਸਰ ਇੱਕ ਪਟਿਆਲੇ ਆਪਣਾ ਇੱਕ ਕਿਤਾ ਵਾ ਜੋਧਪੁਰ ਇੱਕ ਕਿਤਾ ਪੁਚਕਾ ਅਤੇ 6ਵਾਂ ਜੋ ਇੱਥੇ ਆ ਗਿਆ ਜੀ